ਸਸ਼ੀਕਾਲ ਜੀ ਮੈਂ ਹਾਂ ਪ੍ਰਿਆ ਤੁਸੀਂ ਵੇਖ ਰਹੇ ਹੋ ਨਿਊਜ਼ ਓਨਲੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਆਹ ਦੀਆਂ ਖਬਰਾਂ ਬੀਤੇ ਦਿਨ ਤੋਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਹਰਜੋਤ ਬੈਂਸ ਹੈ ਉਹ ਆਈਪੀਐਸ ਜੋਤੀ ਯਾਦਵ ਦੇ ਨਾਲ ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ ਤਾਂ ਹਰਜੋਤ ਬੈਂਸ ਅਤੇ ਆਈਪੀਐਸ ਜੋਤੀ ਯਾਦਵ ਦੀ ਸਗਾਈ ਹੋ ਚੁੱਕੀ ਆ ਤੇ ਹੁਣ ਇਹ ਵੀ ਜੋ ਸੂਤਰਾਂ ਤੋਂ ਖਬਰਾਂ ਨਿਕਲ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਰਜੋਤ ਬੈਂਸ ਇਸੇ ਮਹੀਨੇ ਵਿਆਹ ਦੇ ਬੰਧਨ ਦੇ ਵਿੱਚ ਵੀ ਵੱਜਣਗੇ ਤੇ ਇਹ ਜਾਣਕਾਰੀ ਵੀ ਜੋ ਸੂਤਰਾਂ ਤੋਂ ਜਾਣਕਾਰੀ ਇਹ ਵੀ ਨਿਕਲ ਕੇ ਆਈ ਹੈ ਕਿ ਅਨੰਦਪੁਰ ਸਾਹਿਬ ਵਿਖੇ ਉਹਨਾਂ ਦੇ ਜਿਹੜਾ ਵਿਆਹ ਦਾ ਪੂਰਾ ਕਾਰਜ ਹੈ ਉਹ ਰਚਿਆ ਜਾਵੇਗਾ ਤਾਂ ਜਲਦ ਹੀ ਜਿਹੜੇ ਕਿ ਹੁਣ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹੈ ਹਰਜੋਤ ਬੈਂਸ ਆਈਪੀਐਸ ਜੋਤੀ ਯਾਦਵ ਦੇ ਨਾਲ ਜਿਹੜੇ ਕਿ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਇਹ ਖਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗ ਪਈ ਹੈ ਤਾਂ ਜਿੱਥੇ ਇੱਕ ਪਾਸੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਦੂਜੇ ਪਾਸੇ ਜਿਹੜੇ ਪਾਰਟੀ ਆਗੂ ਹੈ ਉਹਨਾਂ ਵੱਲੋਂ ਵੀ ਇਸ ਖੁਸ਼ੀ ਦੇ ਮਾਹੌਲ ਨੂੰ ਜਿਹੜਾ ਕੀ ਹੈ ਉਹ ਇੰਜੋਏ ਕੀਤਾ ਜਾ ਰਿਹਾ ਜਸ਼ਨ ਪੂਰਾ ਮਨਾਇਆ ਜਾ ਰਿਹਾ ਮਿਠਾਈਆਂ ਵੱਡੀਆਂ ਜਾ ਰਹੀਆਂ ਨੇ ਤੇ ਪਾਰਟੀ ਆਗੂਆਂ ਵੱਲੋਂ ਇਸ ਖੁਸ਼ੀ ਦੇ ਮੌਕੇ ਉੱਤੇ ਪਟਾਕੇ ਵੀ ਚਲਾਏ ਜਾ ਰਹੇ ਨੇ ਅਤੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕੀਤਾ ਜਾ ਰਿਹਾ ਤਾਂ ਇਸ ਬਾਬਤ ਜਿਹੜੇ ਕਿ ਪਾਰਟੀ ਆਗੂਆਂ ਦਾ ਕੀ ਕੁਝ ਕਹਿਣਾ ਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਹਰਜੋਤ ਬੈਂਸ ਨੂੰ ਵਧਾਈ ਦਿੱਤੀ ਗਈ ਹੈ ਸੁਣਦੇ ਹਾਂ ਹੁਣੇ ਹੁਣੇ ਸਾਨੂੰ ਇੱਕ ਖੁਸ਼ੀ ਦੀ ਖਬਰ ਮਿਲੀ ਹੈ ਕਿ ਅੱਜ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਹਰਜੋਤ ਸਿੰਘ ਜੀ ਬੈਂਸ ਕੈਬਨਿਟ ਮਿਨਿਸਟਰ ਪੰਜਾਬ ਉਹਨਾਂ ਦੀ ਸਗਾਈ ਹੋ ਗਈ ਹੈ ਅਤੇ ਜਿਨ੍ਹਾਂ ਨਾਲ ਸਗਾਈ ਹੋਈ ਹੈ ਇੱਕ ਪੜ੍ਹੇ ਲਿਖੇ ਸੂਝਵਾਨ ਆਫਿਸਰ ਆਈਪੀਐਸ ਨੇ ਅਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਅਤੇ ਆਪਣੇ ਹਲਕੇ ਆਪਣੇ ਵਲੰਟੀਅਰ ਆਪਣੇ ਸਾਰੇ ਕਾਰਜਕਰਤਾ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਪਰਮਾਤਮਾ ਉਹਨਾਂ ਦੀ ਇਹ ਜੋੜੀ ਨੂੰ ਹਮੇਸ਼ਾ ਸਤਾਰਿਆਂ 'ਤੇ ਲੈ ਕੇ ਜਾਵੇ ਜਿਵੇਂ ਕਿ ਅੱਜ ਕੱਲ੍ਹ ਉਹ ਸਾਡੇ ਹਲਕੇ ਲਈ ਬਹੁਤ ਹੀ ਵਧੀਆ ਉਪਰਾਲੇ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਪਰਮਾਤਮਾ ਇਸ ਜੋੜੀ ਨੂੰ ਦੋਨਾਂ ਨੂੰ ਮਿਲਾ ਕੇ ਉਹ ਸਾਡੇ ਹਲਕੇ ਦਾ ਭਲਾ ਕਰਨ ਬਹੁਤ ਬਹੁਤ ਮੁਬਾਰਕਾਂ ਮੇਰੇ ਅਤੇ ਮੇਰੇ ਪਰਿਵਾਰ ਅਤੇ ਮੇਰੇ ਪੂਰੇ ਹਲਕੇ ਵੱਲੋਂ ਧੰਨਵਾਦ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸਾਰੇ ਪਾਰਟੀ ਵਰਕਰਾਂ ਦੇ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਆਈ ਹੈ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਸਾਡੇ ਹਲਕੇ ਦਾ ਮਾਣ ਸਰਦਾਰ ਹਰਜੋਤ ਸਿੰਘ ਬੈਂਸ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਦਾ ਜਿਹੜੀ ਸਗਾਈ ਉਹ ਹੋ ਚੁੱਕੀ ਹੈ ਅਤੇ ਉਹ ਜਿਹੜੀ ਸਗਾਈ ਹੋਈ ਹੈ ਉਹਨਾਂ ਦੀ ਆਈਪੀਐਸ ਆਫਿਸਰ ਦੇ ਨਾਲ ਹੋਈ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਵੀ ਜਿਸ ਤਰ੍ਹਾਂ ਦਾ ਲੈਵਲ ਸਾਡੇ ਬੈਂਸ ਸਾਹਿਬ ਜੀ ਦਾ ਹੈਗਾ ਅਤੇ ਉਹਨਾਂ ਨੂੰ ਬਿਲਕੁਲ ਜਿਹੜੀ ਸੁਚੱਜੀ ਜੋੜੀ ਹੈ ਜਿਹੜੀ ਉਹ ਪਰਮਾਤਮਾ ਨੇ ਬਣਾ ਕੇ ਭੇਜੀ ਹੈ ਅਤੇ ਅਸੀਂ ਸਮੂਹ ਵਰਕਰ ਬੈਂਸ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਪੂਰੀ ਫੈਮਿਲੀ ਨੂੰ ਬੈਂਸ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹਾਂ ਵੀ ਇਹ ਜਿਹੜੀ ਜੋੜੀ ਹੈ ਹਮੇਸ਼ਾ ਸਲਾਮਤ ਰਹੇ ਅਤੇ ਹਲਕੇ ਵਾਸਤੇ ਪੰਜਾਬ ਵਾਸਤੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਸੇਵਾਵਾਂ ਨਿਭਾਉਣ ਅਤੇ ਸਾਡੇ ਲਈ ਇਹ ਬਿਲਕੁਲ ਖੁਸ਼ੀ ਵਾਲੀ ਗੱਲ ਹੈ ਅਤੇ ਅਸੀਂ ਸਮੂਹ ਪਾਰਟੀ ਵਰਕਰ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ ਅੱਜ ਦੇ ਇਸ ਮੁਬਾਰਕ ਦਿਨ ਦੀਆਂ।